ਮਹਾਰਾਜਾ ਰਣਜੀਤ ਸਿੰਘ ਜੀ ਜ਼ਾਲਮਾਂ ਦੀ ਸੁਧਾਈ ਕਰਨ ਜਾਂਦੇ ਸਨ। ਜਦੋਂ ਜ਼ਾਲਮ ਬਾਜ਼ ਨਹੀਂ ਆਉਂਦੇ ਸਨ ਫਿਰ ਸੁਧਾਈ ਕਰਨੀ, ਔਰ ਉਹਨਾਂ ਦੇ ਤਿੰਨ ਫੈਸਲੇ ਸਨ ਕਿ ਇੱਕ ਤਾਂ ਕਿਸੇ ਵੀ ਧਰਮ ਦਾ ਧਾਰਮਿਕ ਸਥਾਨ ਕੋਈ ਵੀ ਹੋਵੇ ਉਸ ਨੂੰ ਹਮਲੇ ਦਾ ਨਿਸ਼ਾਨਾ ਨਹੀਂ ਬਣਾਉਣਾ, ਉਸ ਨੂੰ ਬਲਕਿ ਬਚਾਉਣਾ, ਸੁਰੱਖਿਅਤ ਰੱਖਣਾ। ਹਾਲਾਂਕਿ ਉੱਧਰ ਮੁਸਲਮਾਨਾਂ ਦੀਆਂ ਮਸਜਿਦਾਂ ਸਨ ਔਰ ਮੁਸਲਮਾਨ ਮਸਜਿਦਾਂ ਵਿੱਚੋਂ ਮੋਰਚੇਬੰਦੀ ਕਰਕੇ ਖਾਲਸਾਈ ਫੌਜਾਂ 'ਤੇ ਹਮਲੇ ਕਰਦੇ ਸਨ। ਆਪਣੇ ਮੋਰਚੇ ਉਹਨਾਂ ਨੇ ਮਸੀਤਾਂ ਮਸਜਿਦਾਂ ਦੇ ਵਿੱਚ ਬਣਾਏ ਹੁੰਦੇ ਸਨ, ਪਰ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵੀ ਕਦਮ ਆਪਣੀ ਸਿੱਖ ਫੌਜ ਦਾ, ਇੱਕ ਵੀ ਕਿਸੇ ਸਿਪਾਹੀ ਦਾ ਉਸ ਪਾਸੇ ਕਦੇ ਵਧਣ ਨਹੀਂ ਦਿੱਤਾ ਕਿ ਧਾਰਮਿਕ ਸਥਾਨ ਹੈ, ਇਸ ਦੀ ਬਦਵੀ ਨਹੀਂ ਕਰਨੀ। ਦੂਸਰਾ, ਜਿੱਥੇ ਗ੍ਰੰਥਾਲਿਆ ਭਾਵ ਜਿੱਥੇ ਕੋਈ ਲਾਇਬ੍ਰੇਰੀ ਬਣੀ ਹੋਈ ਹੈ, ਜਿੱਥੇ ਧਾਰਮਿਕ ਪੁਸਤਕਾਲੇ ਹਨ, ਧਾਰਮਿਕ ਗ੍ਰੰਥ ਹਨ, ਜਾਂ ਕੋਈ ਵੀ ਖੋਜ ਭਰਪੂਰ ਵੱਡੇ ਤੋਂ ਵੱਡੇ ਗ੍ਰੰਥਾਂ ਦੇ ਸਰੋਤ ਇਕੱਠੇ ਕਰਕੇ ਰੱਖੇ ਹੈ, ਉਸ ਨੂੰ ਪ੍ਰਾਚੀਨ ਸ਼ਬਦਾਂ ਵਿੱਚ ਗ੍ਰੰਥਾਲਿਆ ਕਿਹਾ ਜਾਂਦਾ ਹੈ, ਅੱਜ ਕੱਲ੍ਹ ਲਾਇਬ੍ਰੇਰੀ ਕਿਹਾ ਜਾਂਦਾ ਹੈ, ਕਿ ਲਾਇਬ੍ਰੇਰੀਆਂ ਦੇ ਉੱਤੇ ਕਦੇ ਹਮਲਾ ਨਹੀਂ ਕਰਨਾ। ਕੌਮਾਂ ਦਾ ਵਜੂਦ, ਕੌਮਾਂ ਦੀ ਹੋਂਦ, ਕੌਮਾਂ ਦਾ ਇਤਿਹਾਸ, ਕੌਮਾਂ ਦਾ ਭੂਤਕਾਲ, ਵਰਤਮਾਨ, ਭਵਿੱਖ ਇਹਨਾਂ ਗ੍ਰੰਥਾਂ ਦੇ ਵਿੱਚ ਹੁੰਦਾ, ਇਸ ਨੂੰ ਬਚਾ ਕੇ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸ ਕਰਕੇ ਉਹ ਕਿਹਾ ਕਰਦੇ ਸਨ ਕਿ ਇਹਨਾਂ ਦਾ ਕਦੇ ਨੁਕਸਾਨ ਨਹੀਂ ਹੋਣ ਦੇਣਾ, ਬਲਕਿ ਇਹਨਾਂ ਦੀ ਰੱਖਿਆ ਕਰਨੀ ਹੈ। ਤੀਸਰਾ, ਕਿਸੇ ਅਨਾਥ ਅਤੇ ਯਤੀਮ ਅਤੇ ਬਜ਼ੁਰਗ ਅਤੇ ਬੀਬੀ ਅਤੇ ਬੱਚੇ ਅਤੇ ਰੋਗੀ ਸੋਗੀ 'ਤੇ ਕਦੇ ਹਮਲਾ ਨਹੀਂ ਕਰਨਾ, ਭਾਵੇਂ ਉਹ ਦੁਸ਼ਮਣ ਬਣ ਕੇ ਵੀ ਲੜਨ ਆਵੇ, ਉਸ ਨੂੰ ਬਚਾਉਣਾ, ਉਹਦੀ ਰੱਖਿਆ ਕਰਨੀ। ਇਹ ਗੁਰੂ ਕਾ ਸਿਧਾਂਤ ਆਗਿਆ ਨਹੀਂ ਦਿੰਦਾ ਹੈ। ਇਹ ਸਿੱਖ ਰਾਜ ਨੇ ਕੈਸੇ ਪੂਰਨੇ ਪਾਏ ਆ, ਸਾਧ ਸੰਗਤ ਜੀ ਦੇ ਇਹਨਾਂ ਦੀ ਮਿਸਾਲ ਕਿਤੋਂ ਮਿਲਦੀ ਨਹੀਂ ਹੈ। ਪਰ ਤੁਸੀਂ ਦੇਖੋ, ਹਿੰਦੁਸਤਾਨ ਦੀ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਉਸ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ, ਜਿਸ ਅਕਾਲ ਤਖਤ ਸਾਹਿਬ ਨੇ ਮੁਗਲੀਆ ਹਕੂਮਤ ਦੀ ਗੁਲਾਮੀ ਵਿੱਚੋਂ ਹਿੰਦੁਸਤਾਨ ਨੂੰ ਬਚਾਇਆ, ਜਿਸ ਅਕਾਲ ਤਖਤ ਸਾਹਿਬ ਨੇ ਅੰਗਰੇਜ਼ ਸਲਤਨਤ ਦੇ ਜ਼ੁਲਮੀ ਰਾਜ ਦਾ, 200 ਸਾਲ ਦਾ ਰਾਜ ਸੀ ਉਹਨਾਂ ਦਾ, 2 ਸਦੀਆਂ ਦਾ, ਉਹ ਅਕਾਲ ਤਖਤ ਸਾਹਿਬ ਜੀ ਦੀ ਸ਼ਕਤੀ ਸੀ, ਅਕਾਲ ਤਖਤ ਸਾਹਿਬ ਜੀ ਦੀ ਪ੍ਰੇਰਨਾ ਸੀ ਕਿ ਉਹ ਜ਼ੁਲਮੀ ਰਾਜ ਦਾ ਅੰਤ ਅਕਾਲ ਤਖਤ ਸਾਹਿਬ ਜੀ ਦੀ ਕਿਰਪਾ ਨਾਲ, ਦਿਸ਼ਾ ਨਿਰਦੇਸ਼ਾਂ ਦੇ ਨਾਲ ਹੋਇਆ। ਦੇਸ਼ ਦੀ ਆਜ਼ਾਦੀ ਲਈ ਵੱਡੇ ਮੋਰਚੇ ਅਕਾਲ ਤਖਤ ਸਾਹਿਬ ਤੋਂ ਲੜੇ ਗਏ ਹੈ। ਕਹਿਣ ਤੋਂ ਭਾਵ ਉਹ ਮੀਰੀ ਪੀਰੀ ਦਾ ਤਖਤ ਇਹਨਾਂ ਜ਼ਾਲਮਾਂ ਨੇ ਢਾਇਆ, ਬੜੀ ਬੇਰਹਿਮੀ ਨਾਲ ਢਾਇਆ, ਔਰ ਗੋਲੀਆਂ ਦਾ, ਤੋਪਾਂ ਦਾ ਨਿਸ਼ਾਨਾ ਬਣਾਇਆ। ਫਿਰ ਉਹ ਸੰਗਤਾਂ ਜਿਹੜੀਆਂ ਕੀਰਤਨ ਸੁਣਨ ਆਈਆਂ, ਲੱਖਾਂ ਦੀ ਗਿਣਤੀ ਵਿੱਚ ਕੀਰਤਨ ਸੁਣ ਰਹੀਆਂ ਸਨ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਪੁਰਬ ਮਨਾ ਰਹੀਆਂ ਸਨ, ਉਹ ਸੰਗਤਾਂ ਨੂੰ ਇਹਨਾਂ ਨੇ ਬੜਾ ਬੇਰਹਿਮੀ ਦੇ ਨਾਲ
ਗੋਲੀਆਂ ਦੇ ਨਾਲ ਇਉਂ ਭੁੰਨ ਕੇ ਸ਼ਹੀਦ ਕੀਤਾ ਜਿਵੇਂ ਪੱਠੀ 'ਤੇ ਦਾਣੇ ਭੁੰਨਣ ਵਾਲਾ ਪਠਿਆਰਾ ਦਾਣੇ ਭੁੰਨਦਾ, ਇਸ ਤੋਂ ਵੱਡਾ ਜ਼ੁਲਮ ਕੀ ਹੋਵੇਗਾ। ਔਰ ਉਸ ਜ਼ਾਲਮਾਂ ਦੇ ਜ਼ੁਲਮ ਦਾ ਮੁਕਾਬਲਾ ਕਰਦਿਆਂ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਅਨੇਕਾਂ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਆਪਾਂ ਐਸੇ ਕੌਮ ਦੇ ਤੀਸਰੇ ਦਰਦਨਾਕ ਘੱਲੂਘਾਰ ਦੇ ਸ਼ਹੀਦਾਂ ਦੀ 40ਵੀਂ ਯਾਦ ਮਨਾ ਰਹੇ ਹਾਂ। 40 ਸਾਲ ਹੋ ਗਏ ਅੱਜ ਤੱਕ, ਐਡੀ ਵੱਡੀ ਤ੍ਰਾਸਦੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ। ਕੌਮ ਨੂੰ ਮੌਕੇ ਦੀਆਂ ਹਕੂਮਤਾਂ ਨੇ ਚੈਨ ਨਾਲ ਨਹੀਂ ਬੈਠਣ ਦਿੱਤਾ। ਉਸ ਦਿਨ ਤੋਂ ਬਾਅਦ ਕੋਈ ਨਾ ਕੋਈ ਸਾਜਿਸ਼ ਸਿੱਖ ਪੰਥ ਦੇ ਖਿਲਾਫ਼ ਘੜੀ ਜਾ ਰਹੀ ਹੈ, ਆਏ ਦਿਨ ਘੜੀ ਜਾ ਰਹੀ। ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਪੰਥ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਨੇ ਬਹੁਤ ਵੱਡੀ ਘੇਰਾਬੰਦੀ ਕੀਤੀ ਹੋਈ ਹੈ। ਦੁਨੀਆ ਭਰ ਵਿੱਚ ਇਹ ਘੇਰਾਬੰਦੀ ਹੈ। ਸੋ ਸਾਧ ਸੰਗਤ ਜੀ, ਫਿਰ ਵੀ ਆਪਾਂ ਨੂੰ ਐਡੇ ਐਡੇ ਜ਼ੁਲਮ ਸਹਾਰ ਕੇ ਵੀ, ਧੰਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਸਿੱਖਾਂ ਨੇ ਜ਼ੁਲਮ ਔਰ ਜ਼ਬਰ ਦਾ ਸਾਹਮਣਾ ਕੀਤਾ। ਦਸਮ ਪਿਤਾ ਜੀ ਦਾ ਸਾਰਾ ਸਮਾਂ, ਫਿਰ ਸਤਿਗੁਰਾਂ ਤੋਂ ਬਾਅਦ ਦੇਖ ਲਓ, ਪਰ ਸਿੱਖ ਪੰਥ ਨੇ ਕਦੇ ਹਾਰ ਨਹੀਂ ਮੰਨੀ, ਹੌਂਸਲਾ ਨਹੀਂ ਛੱਡਿਆ, ਢਹਿ ਢੇਰੀ ਨਹੀਂ ਕੀਤਾ ਆਪਣਾ ਦਿਲ ਆਪਣਾ ਮਨ, ਚੜ੍ਹਦੀ ਕਲਾ ਵਿੱਚ ਹੀ ਰਹੇ ਹੈ। ਇਹ ਸ਼ਕਤੀ ਸਤਿਗੁਰਾਂ ਦੀ ਹੈ, ਇਹ ਬਰਕਤ ਉਹਨਾਂ ਦੀ ਹੈ। ਸ਼ਹੀਦਾਂ ਦੀਆਂ ਪਵਿੱਤਰ ਰਗਾਂ ਦੇ ਡੁੱਲੇ ਹੋਏ ਖੂਨ ਦੀ ਸ਼ਕਤੀ ਸਾਨੂੰ ਦੇ ਰਹੀ ਹੈ। ਜੇ ਅੱਜ ਕੁਮੀਆਂ ਦੁਨੀਆ ਵਿੱਚ ਕੌਮ ਦਾ ਕੋਈ ਵਜੂਦ ਹੈ ਨਾ, ਦੁਨੀਆ ਸਿੱਖਾਂ ਨੂੰ ਜਾਣਦੀ ਹੈ, ਇਹ ਦਸ ਗੁਰੂ ਸਾਹਿਬਾਨਾਂ ਦੀ ਕਿਰਪਾ, ਸਾਡੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ, ਗੁਰਮੁਖਾਂ ਦੀ, ਮਹਾਂਪੁਰਖਾਂ ਦੀ, ਬੰਦਗੀ ਕਰਨ ਵਾਲੀਆਂ ਆਤਮਾਵਾਂ ਦੀ ਘਾਲਣਾ ਦੀ ਸ਼ਕਤੀ ਹੈ। ਔਰ ਸਭ ਤੋਂ ਵੱਡੀ ਸ਼ਕਤੀ ਹੈ ਸ਼ਹੀਦਾਂ ਦੇ ਪਵਿੱਤਰ ਖੂਨ ਦੀ ਤਾਕਤ, ਜਿਸ ਨੇ ਇਸ ਕੌਮ ਨੂੰ ਐਡੀ ਵੱਡੀ ਸ਼ਕਤੀ ਦੇ ਕੇ ਜ਼ਿੰਦਾ ਰੱਖਿਆ ਅੱਜ ਤੱਕ।